ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਰਹਿਮਤੁਲ੍ਲਾਹਿ ਵਬਰਕਾਤੁਹ। ਉਮੀਦ ਕਰਨਾ ਭੈਣ ਭਰਾ ਸਾਰੇ ਠੀਕ ਠਾਕ ਉਸ ਵੇਲੇ ਅੱਲਾਹ ਪਾਕ ਤੁਸੀਂ ਖੁਸ਼ ਰੱਖਣ, ਸ਼ਾਦ ਰਹੋ, ਆਬਾਦ ਰਹੋ। ਹਾਂ ਜੀ ਬਿਲਕੁਲ ਜਨਾਬ, ਈਦ ਜਿਹੜੀ ਹੈ ਮਾਸ਼ਾਅੱਲਾ ਗੁਜ਼ਰ ਗਈ ਹੈ, ਅੱਛੀ ਗੁਜ਼ਰੀ ਹੈ ਮਾਸ਼ਾਅੱਲਾ, ਅਲਹਮਦੁਲਿਲਾ। ਫੈਮਲੀ ਨਾਲ ਬੈਠੇ ਖਲਤੇ ਹਾਂ, ਗੱਪਾਂ ਸ਼ੱਪਾਂ ਹੋਈਆਂ, ਸਾਰਾ ਕੁਝ ਅੱਜ ਤੋਂ ਜਿਹੜਾ ਨਾ ਬੈਕ ਟੂ ਨੋਰਮਲ ਹੋ ਗਿਆ ਹਰ ਚੀਜ਼। ਬਿਲਕੁਲ ਜੀ, ਕੰਮਾਂ ਪਰੋਂ ਆਏ ਵਾਪਸ, ਹੁਣ ਬੁਸ਼ੁਜ਼ ਕੀਤਾ, ਨਮਾਜ਼ਾਂ ਦੀ ਤਿਆਰੀ ਹੈ। ਹੁਣ ਇਨਸ਼ਾਅੱਲਾ ਨਮਾਜ਼ ਪੜ੍ਹ ਕੇ ਫਿਰ ਜਾਣੇ ਇਨਸ਼ਾਅੱਲਾ ਅਸਜਿਦ 'ਚ। ਅਸਜਿਦ 'ਚ ਕੋਈ ਦੋ ਚਾਰ ਚੀਜ਼ਾਂ ਹੀ ਨੇ ਇਨਸ਼ਾਅੱਲਾ। ਹਾਂਜੀ, ਤਾਂ ਬਿਲਕੁਲ ਤੁਸੀਂ ਕਿ ਕੋਈ ਕੈਮਰਾ ਸ਼ੈਮਰਾ ਮਾਰ ਕੇ ਦੱਸਣੀ, ਅਸਜਿਦ 'ਚ ਕੋਈ ਤਾਜ਼ਾ ਫਰੂਟ, ਕੋਈ ਸਬਜ਼ੀਆਂ ਤਾਜ਼ੀਆਂ ਆਈਆਂ ਜਾਂ ਨਹੀਂ ਆਈਆਂ, ਕੋਈ ਸਲਾਦ ਸਲੂਦ। ਬਿਲਕੁਲ ਜਨਾਬ, ਤੱਕਿਆ ਜ਼ਰੂਰ ਵੀਡੀਓ ਕੀ, ਆਓ ਜੁਲਨੇ ਹੁਣ ਅਸਜਿਦ। ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਭੈਣੋ ਭਰਾ, ਉਮੀਦ ਕਰਨਾ ਸਾਰੇ ਠੀਕ ਹੋ ਸੋ, ਅੱਲਾਹ ਪਾਕ ਤੁਸੀਂ ਖੁਸ਼ ਰੱਖਣਾ। ਜੀ ਬਿਲਕੁਲ ਜਨਾਬ, ਜਾ ਰਹੇ ਹਾਂ ਹੁਣ ਇਨਸ਼ਾਅੱਲਾ ਅਸਜਿਦ 'ਚ, ਕੋਈ ਦੋ ਤਰ੍ਹਾਂ ਚੀਜ਼ਾਂ ਚਾਹਣੇ ਹਾਂ। ਅਤੇ ਇਹ ਥੋੜ੍ਹਾ ਮੈਂ ਕੈਮਰਾਮੈਨ ਕੀ ਮੈਂ ਜ਼ਰਾ ਕੈਮਰਾ ਮਾਰ ਕੇ ਦੱਸੋ, ਮੌਸਮ ਤਾਂ ਕੋਈ ਠੀਕ ਨਹੀਂ, ਅੱਜ ਦਿਹਾੜੀ ਧੁੱਪ ਛੁੱਪ ਨਿਕਲੀ ਸੀ ਥੋੜ੍ਹੀ ਜਿਹੀ, ਤਾਂ ਮੈਂ ਕਿਹਾ ਚਲੋ ਅੱਜ ਕੋਈ ਥੋੜ੍ਹੇ ਜਿਹੇ ਬਾਹਰ ਨਾ ਕੋਈ ਬਣਾਸਾਂ ਵੀਡੀਓ, ਲੇਕਿਨ ਹੁਣ ਜਦੋਂ ਕੰਮ ਖਤਮ ਕੀਤਾ, ਬਾਰਿਸ਼ ਲੈ ਪਈ ਹੈ, ਹੁਣ ਕੋਈ ਮੌਸਮ ਉਸ ਐ ਨਹੀਂ ਜੇ ਕਿ ਬਾਹਰ ਬਣਾਈਏ ਅਸਾਂ। ਅਤੇ ਬਹਰਹਾਲ ਚਲੋ ਹੁਣ ਇਹ ਨਿਕਲ ਜੇ, ਕੋਈ ਛੋਟਾ ਜਿਹਾ ਕਲਿੱਪ ਇੱਕ ਬਣਾਸਾਂ ਇਨਸ਼ਾਅੱਲਾ। ਤਾਂ ਬਿਲਕੁਲ ਜਨਾਬ, ਤੁਸੀਂ ਕੀ ਦੱਸਣੇ ਅਸਜਿਦ 'ਚ ਕਿਆ ਹਿਸਾਬ ਕਿਤਾਬ ਹੈ, ਕਿਆ ਕੋਈ ਨਿਜ਼ਾਮ ਹੈ ਜੀ। ਚਲੋ ਜੀ ਕੈਮਰਾਮੈਨ ਜੀ, ਚਲੋ ਬਿਲਕੁਲ ਜਨਾਬ, ਅਸਜਿਦ 'ਚ ਮਾਸ਼ਾਅੱਲਾ ਲੱਗਣਾ ਕਾਫੀ ਬਿਜ਼ੀ ਹੈ, ਕਾਰ ਪਾਰਕ 'ਚ ਕਾਫੀ ਗੱਡੀਆਂ ਖਲਤੀਆਂ ਨੇ ਜੀ। ਸੈਟਰਡੇ ਦਾ ਵੀਕਐਂਡ ਹੈ, ਵੀਕਐਂਡ ਉੱਪਰ ਮਾਸ਼ਾਅੱਲਾ ਕਾਫੀ ਆਵਾਮ ਆਉਣੀ ਹੈ ਸ਼ਾਪਿੰਗ ਸ਼ੂਪਿੰਗ ਕਰਨ ਵਾਸਤੇ, ਕਾਫੀ ਗੱਡੀਆਂ ਖਲਤੀਆਂ ਨੇ ਜੀ। ਬਿਲਕੁਲ ਜਨਾਬ, ਅਸਾਂ ਵੀ ਪਹੁੰਚ ਆਏ ਹਾਂ, ਦੋ ਮਿੰਟ ਜਨਾਬ ਜੁਲਨੇ ਅੰਦਰ, ਦੱਸਣੇ ਆ ਕਿਆ ਹਿਸਾਬ ਕਿਤਾਬ ਹੈ ਅੰਦਰ ਹੈ ਜੀ। ਆਓ ਜੀ ਕੈਮਰਾਮੈਨ ਜੀ, ਆਓ। ਬਿਲਕੁਲ ਜਨਾਬ, ਅਸਜਿਦ ਨੇ ਅੰਦਰ ਆ ਗਏ ਅਲਹਮਦੁਲਿਲਾ ਜਨਾਬ। ਬਿਲਕੁਲ ਅੱਜ ਤੱਕ ਉਹ ਲੈਟਸ ਤਾਜ਼ੇ ਆਏ ਨੇ ਜੀ, ਫਰੈਸ਼। ਬਿਲਕੁਲ ਤੁਸੀਂ ਵੀ ਇੱਥੋਂ ਆਓ, ਲੈਟਸ ਸ਼ੈਟਸ ਹੀ ਨਾ ਹੋਏ ਜੀ, ਇਹ ਤੱਕ ਮਾਸ਼ਾਅੱਲਾ ਤਾਜ਼ਾ ਤਾਜ਼ਾ ਲੈਟਸ ਹੈ ਜੀ। ਬਿਲਕੁਲ ਜਨਾਬ, ਫਰੈਸ਼ ਲੈਟਸ। ਅੱਗਾ ਜਨਾਬ ਕਿਊਕੰਬਰ ਵੀਕ ਚਾਹ ਇੰਨੇ ਆ, ਕਿਊਕੰਬਰ ਵੀਕ ਹੋ ਗਿਆ। ਅੱਗਾ ਜਨਾਬ ਇਹ ਰੈਡ ਮੂਲੀਆਂ ਵੀ ਚਾਹ ਇੰਨੇ ਗੋਲ ਹੈ ਜੀ। ਲਓ ਜਨਾਬ ਇਹ ਤੱਕੋ ਨਾ, ਇਹ ਜਨਾਬ ਸਲਾਦ 'ਚ ਬਹੁਤ ਖਾਸਾ ਹੈ ਜੀ, ਸਲਾਦ 'ਚ ਬਹੁਤ ਕੱਟ ਕੇ ਕਿਊਕੰਬਰ ਲੈਟਸ ਇਹ ਵੀ ਬਹੁਤ ਨਾ, ਰੈਡ ਓਨੀਅਨ ਬਹੁਤ ਜਨਾਬ, ਸਲਾਦ ਬਣਾਓ ਬਿਹਤਰੀਨ, ਪੀਟਾ ਬ੍ਰੈਡ 'ਚ ਲਾ ਲਾ ਕੇ ਖਾਓ, ਠੀਕ ਹੈ ਜੀ। ਇਹ ਕਿਆ ਕੈਮਰਾਮੈਨ ਜੀ, ਇਹ ਦੱਸੋ ਹੈ ਬੇਬੀ ਕਿਊਕੰਬਰ ਹੈ, ਦੇਸੀ ਹੈ ਜੀ। ਬਿਲਕੁਲ ਜਨਾਬ ਇਹ ਤੱਕੋ ਨਾ, ਕੂਲ ਐਂਡ ਕਰੰਚੀ ਮਿੰਨੀ ਕਿਊਕੰਬਰਸ ਹੈ ਜੀ, ਯਾਨੀ ਕਿ ਕਿਊਕੰਬਰ ਨੇ ਬੱਚੇ ਨੇ ਹੈ ਜੀ, ਕਿਆ ਖਿਆਲ ਹੈ। ਬਿਲਕੁਲ ਇਹ ਉਹਨਾਂ ਨੇ ਬੇਬੀਆਂ, ਠੀਕ ਹੈ ਜਨਾਬ। ਅੱਗੇ ਜਨਾਬ ਇੱਧਰ ਆ ਜਾਓ, ਤਾਂ ਇਹ ਜਨਾਬ ਹਰਾ ਪਿਆਜ਼, ਯਾਨੀ ਕਿ ਹਰਾ ਪਿਆਜ਼ ਅਤੇ ਛੋਲੇ ਦੀ ਦਾਲ ਬਣਾ ਕੇ ਜਨਾਬ ਖਾਓ, ਵੈਰੀ ਨਾਈਸ। ਉੱਪਰ ਬਹੁਤ ਗ੍ਰੀਨ ਧਨੀਆ, ਠੀਕ ਹੈ ਜੀ, ਇਹ ਬਣਾ ਖਾਇਆ ਕਰੋ ਅੱਜ। ਅੱਗੇ ਆਓ ਕੈਮਰਾਮੈਨ ਜੀ, ਗਰੇਪਸ। ਬਿਲਕੁਲ ਜਨਾਬ ਅੱਗੇ ਗਰੇਪਸ ਵੀ ਫਰੈਸ਼ ਆਏ, ਇਹ ਜਨਾਬ ਗਰੇਪਸ ਫਰੈਸ਼ ਫਰੈਸ਼, ਇਹ ਵੀ ਲੈਣੇ ਆ। ਬਿਲਕੁਲ ਜਨਾਬ ਹੁਣ ਅੱਗੇ ਮੌਸਮ ਦੇ ਨਾਲ ਨਾਲ ਦੁਆਣੇ ਵੀ ਆ ਗਏ ਜਨਾਬ, ਇਹ ਤੱਕੋ ਨਾ ਮਾਸ਼ਾਅੱਲਾ, ਦੁਆਣੇ ਵੀ ਨੋ ਜਨਾਬ, ਇਹ ਵੀ ਸਵੀਟ ਨਾਈਸ ਮਿੱਠੇ। ਪ੍ਰਾਈਸ ਇੱਧਰ ਲਿਖੀ ਹੋ ਸੀ, ਤਾਂ ਦੱਸੋ ਪ੍ਰਾਈਸ ਕਿਤਨੀ ਹੈ ਜੀ। 350 ਨੇ ਦੁਆਣਾ ਜਨਾਬ, ਇਹ ਤੱਕੋ ਨਾ ਜੀ, ਕਿਆ ਬਾਤ ਹੈ ਜਨਾਬ, ਮੰਡੀ 'ਚ ਦੁਆਣੇ ਆਏ ਜਨਾਬ,
ਬਿਲਕੁਲ ਤੁਸੀਂ ਆਓ 359 ਲੈ ਜਾਓ। ਖਾਣਾ ਕੈਮਰਾਮੈਨ ਜੀ ਦਵਾਣਾ ਨਹੀਂ ਖਾਣੇ ਖਾਣਾ ਓਕੇ ਲੈ ਲੈਣੇ ਜੀ ਖਾਣਾ ਤੇ ਇਹ ਲਓ। ਅਸਾਂ ਜਨਾਬ ਚਾਹ ਕੇ ਟਰਾਲੀ 'ਚ ਹੀ ਰੱਖਣਾ ਨਾ, ਕਿਆ ਖਿਆਲ ਹੈ, ਕਿਹੜਾ ਜ਼ੋਰ ਲੈ। ਬਿਲਕੁਲ ਜਨਾਬ, ਇੱਧਰ ਆ ਕੇ ਜਨਾਬ ਐਪਲ ਵੀ ਫਰੈਸ਼ ਸਪੈਨ ਨੇ ਜੀ, ਸਵੀਟ ਐਂਡ ਜੂਸੀ ਰਾਇਲ ਗਾਲਾ ਐਪਲ, ਇਹ ਵੈਰੀ ਨਾਈਸ ਹੋਣੇ ਨੇ, ਬਿਲਕੁਲ ਇਹ ਨਾ ਕਰੋ, ਠੀਕ ਹੈ ਜੀ। ਉਸ ਤੋਂ ਅੱਗੇ ਇੱਧਰ ਮਾਰੋ ਜੀ ਕੈਮਰਾ, ਇਹ ਜਨਾਬ ਪੇਰਾਂ ਵੀ ਆਈਆਂ, ਠੀਕ ਹੈ ਜੀ। ਪੇਰਾਂ ਦੋ ਕਿਸਮ ਨਹੀਂ ਹੋਣੀ ਜੀ, ਕਿਸ ਕਿਸਮ ਨਹੀਂ ਹੋਣੀ ਹੈ, ਇੱਕ ਦੂਈ ਹੋਣੀ ਹੈ, ਇਹ ਵੀ ਬਹੁਤ ਮਿੱਠੀਆਂ ਹੋਣੀਆਂ ਜਨਾਬ, ਇਹ ਵੀ ਜ਼ਰੂਰੀ ਨਿਆ ਕਰੋ। ਹੁਣ ਅਸਾਂ ਨਾ ਹੀ ਨਿਹੜਾ ਕਿ, ਕਿਉਂਕਿ ਕੈਮਰਾਮੈਨ ਇਤਨਾ ਬੜਾ ਦੁਹਾਣਾ ਹੀ ਦਿੰਦਾ, ਫਿਰ ਇਹ ਖਾਣ ਨਹੀਂ ਹੋਣਾ ਫਰੂਟ ਸਾਰਾ ਜੀ। ਬਿਲਕੁਲ ਜਨਾਬ ਅੱਗੇ ਆ ਜਾਓ ਜੀ, ਹੁਣ ਅੱਗੇ ਜੁਲਨੇ ਹਾਂ। ਇਹ ਤੁਸੀਂ ਮੈਂ ਦੱਸਿਆ ਹੀ ਨਹੀਂ ਵੀ ਤੁਸੀਂ, ਇਹ ਵੀ ਹੁੰਦਾ ਗਲੈਕਸੀ ਵਾਲਾ ਵੀ ਹੈ ਜੀ, ਗਲੈਕਸੀ ਡਰਿੰਕ ਤੁਸੀਂ ਚਾਹ ਦਿੰਦਾ ਜਨਾਬ, ਆਈ ਵਿਟਾਮਿਨ ਆਈ ਪ੍ਰੋਟੀਨ। ਚਲੋ ਠੀਕ ਹੈ ਠੀਕ ਹੈ, ਮਿੱਠਾ ਜਿਹੜਾ ਡਰਿੰਕ ਬਹੁਤ ਜ਼ਿਆਦਾ ਨਾ ਪੀਆ ਕਰੋ, ਠੀਕ ਹੈ ਨਾ। ਚਲੋ ਅੱਜ ਲੈ ਲਓ, ਅੱਜ ਤੁਸੀਂ ਇਜਾਜ਼ਤ ਹੈ। ਉਸ ਤੋਂ ਅੱਗੇ ਇੱਧਰ ਮਾਰ ਕੇ ਦੱਸੋ ਵੀ ਗਾਜਰਾਂ ਵੀ ਫਰੈਸ਼ ਆਈਆਂ ਨਾ ਜੀ, ਉਸ ਤੋਂ ਅੱਗੇ ਗੋਭੀ ਵੀ ਆਈ ਹੈ ਫਰੈਸ਼, ਠੀਕ ਹੈ ਜੀ ਆ ਜਾਓ। ਬਿਲਕੁਲ ਜਨਾਬ ਅਜਡਾ 'ਚ ਗੁਲਾਬ ਜਾਮਨ ਵੀ ਆ ਗਏ ਜੀ, ਤੱਕੋ ਨਾ ਮਾਸ਼ਾਅੱਲਾ ਰਾਇਲ ਆ ਲੈਣੇ ਆ ਜੀ, ਗੁਲਾਬ ਜਾਮਨ ਜਨਾਬ ਆ ਕੇ ਨਹੀਂ ਤਾਂ ਅਜਡਾ 'ਚ ਇਹ ਵੀ ਬਿਲਕੁਲ ਹੀ ਨਿਆ ਕਰੋ ਨਾਲ ਹੀ, ਜਿਹੜਾ ਕੋਈ ਚੀਜ਼ ਸ਼ਾਪਿੰਗ ਸ਼ੁਪਿੰਗ ਕਰੋ ਨਾਲ। ਬਿਲਕੁਲ ਜੀ ਮੈਂਗੋ ਲੱਸੀ ਵੀ ਆ ਗਈ ਹੈ ਇੱਧਰ ਹੈ ਜੀ, ਇਹ ਕੈਮਰਾਮੈਨ ਦੀ ਫੇਵਰੇਟ ਹੈ, ਚਲੋ ਇੱਕ ਨਾ ਕਿ ਲੈ ਦੇਣੇ ਆ, ਠੀਕ ਹੈ ਜਨਾਬ। ਉਸ ਤੋਂ ਅੱਗੇ ਜੀ ਦੂਈ ਨਾਰਮਲ ਲੱਸੀ ਵੀ ਹੈ, ਠੀਕ ਹੈ ਜੀ, ਨਾਰਮਲ ਲੱਸੀ ਹੈ ਜਨਾਬ, ਇਹ 170 ਨਹੀਂ ਪ੍ਰਾਈਸ ਹੈ, ਠੀਕ ਹੋ ਗਿਆ ਜੀ। ਗੁਲਾਬ ਜਾਮਨ ਨਹੀਂ ਕਿਹਾ ਪ੍ਰਾਈਸ ਦੱਸੀਏ, ਕਿਆ ਕੈਮਰਾਮੈਨ ਜੀ ਦੱਸੋ ਜ਼ਰਾ। 350 ਹੈ ਜੀ, 350 ਨੇ ਕਿਤਨੇ ਨੇ, 30% ਲੈਸ ਸ਼ੂਗਰ ਹੈ ਇਸਨੇ ਜੋ, ਚਲੋ ਇਹ ਵੀ ਠੀਕ ਗੱਲ ਬਾਈ ਹੈ ਨਾ ਜੀ। ਇਹ ਲੈਸ ਸ਼ੂਗਰ, ਜਿਹਨੇ ਸ਼ੂਗਰ ਆ ਉਹ ਇੱਥੋਂ ਹੀ ਨਹੀਂ, ਇਸ ਵਿੱਚ ਮਿੱਠਾ ਥੋੜ੍ਹਾ ਜਿਹਾ ਘੱਟ ਹੈ, 6 ਪੀਸ ਨੇ ਇਸਨੇ ਵਿੱਚ ਹੈ ਜੀ, ਕੈਮਰਾਮੈਨ ਕਨਫਰਮ ਕੀਤਾ ਵੀ 6 ਪੀਸ ਨੇ ਇਸਨੇ 'ਚ। ਬਿਲਕੁਲ ਜਨਾਬ, ਬਿਲਕੁਲ ਜਨਾਬ, ਅੱਜ ਕੈਮਰਾਮੈਨ ਆਖਣੇ ਜੀ ਅਸਾਂ ਕਿ ਲਜ਼ਾਨੀਆਂ ਬਣਾ ਦਿਆ ਜੀ, ਕੀਮਤ ਅਸਾਂ ਛਾਪਿਆ ਚੋ ਇੰਨਾ ਸਾਂ, ਇਹ ਅਸਾਂ ਕਿ ਸੋਸ ਚਾਹੀਦੀ ਸੀ, ਲੱਭਣੀ ਨਹੀਂ ਸੀ, ਪੀ ਹੁਣ ਲੱਭ ਗਈ ਹੈ, ਠੀਕ ਹੈ ਜੀ, ਸੋਸ ਵੀ ਲੱਭ ਗਈ ਹੈ। ਤਾਂ ਇਸ ਤੋਂ ਅੱਗੇ ਜੁਲਨੇ ਅਸਾਂ ਇਹਨਾਂ ਵਾਸਤੇ ਲਜ਼ਾਨੀਆਂ ਸ਼ੀਟਾਂ ਵੀ ਇੰਨੀਆਂ ਨਜ਼ਰਾਂ ਜੀ, ਆਓ ਅੱਗੇ ਸ਼ੀਟਾਂ ਵੀ ਚੈੱਕ ਕਰੀਏ ਉਹ ਕਿਹੜੇ ਪਾਸਾ ਉਹ ਸਨ। ਬਿਲਕੁਲ ਬਿਲਕੁਲ ਜਨਾਬ, ਅਸਾਂ ਲਜ਼ਾਨੀਆਂ ਸ਼ੀਟਾਂ ਚਾਹੀਦੀਆਂ ਸਨ, ਇਹ ਜਨਾਬ ਇੱਥੇ ਹੀ ਪਹੁੰਚ ਆਏ ਅਸਾਂ ਜੀ, ਇਹ ਇੰਨਾ ਜੀ। ਬਿਲਕੁਲ ਜਨਾਬ ਲਜ਼ਾਨੀਆਂ ਸ਼ੀਟਸ ਵੀ ਅਸੀਂ ਕਿ ਲੱਭ ਗਈਆਂ ਨੇ ਜੀ, ਠੀਕ ਹੋ ਗਿਆ ਜੀ, 6 ਸ਼ੀਟਾਂ ਨਹੀਂ ਸੀ ਜਨਾਬ ਅਸਡਾਂ ਨਹੀਂ ਆਪਣੇ ਬਣੀਆਂ, ਠੀਕ ਹੈ ਜੀ। ਬਿਲਕੁਲ ਜਨਾਬ ਆ ਗਏ ਅਸਾਂ ਉਲਟੇ ਲੈ, ਇੱਥੇ ਪੈਸੇ ਪੇ ਕਰ ਸਾਂ ਐਕਸਟਰਾ ਐਕਸਟਰਾ ਚੂਇੰਗਮ, ਕੈਮਰਾਮੈਨ ਨਹੀਂ ਪਸੰਦ ਹੈ ਤਾਂ ਇਹਨਾਂ ਦੋ ਪੈਕ ਚਾਰਜ ਨੇ। ਬਿਲਕੁਲ ਜੀ ਅਸੀਂ ਸਟਾਰਟ ਕਰ ਰਹੇ ਹਾਂ ਹੁਣੀ ਤਾਂ ਇਨਸ਼ਾਅੱਲਾ, ਚਲੋ ਆ ਜਾਓ ਤੁਸੀਂ ਕਰੋ, ਚਿਲ ਕਰੋ ਆ ਜਾਓ, ਸਕੈਨ ਕਰ ਸੋ ਮੈਂ ਕਰਾਂ, ਓਕੇ। ਬਿਲਕੁਲ ਜੀ ਮਾਵੇਂ ਵੀ ਆ ਗਏ, ਉਹ ਵੀ ਸਕੈਨ ਕਰਨ ਪਏ ਆਪਣੇ ਸੌਦੇ ਪੱਤਰੇ ਹੈ ਜੀ, ਉਹਨਾਂ ਕੀ ਕੋਈ ਦੋ ਚੀਜ਼ਾਂ ਚਾਹੀਦੀਆਂ ਸਨ। ਬਿਲਕੁਲ ਜੀ ਹੋ ਗਏ ਸਾਰੇ ਸੌਦੇ ਪੱਤਰੇ, ਤੱਕਿਆ ਮਸ਼ੀਨ ਪੈਸੇ, ਹੁਣ ਖਾਣੀ ਕਿਸ ਤਰ੍ਹਾਂ, ਠੀਕ ਹੈ ਜੀ, ਇਹ ਤੱਕੋ ਪੈਸੇ ਇਸ ਕੀ ਚੰਗੇ ਲੱਗਣੇ, ਉਹ ਤੱਕੇ ਖਾ ਗਈ ਹੈ ਜੀ, ਮਿੰਟ ਮਾਰਨੀ ਹੈ ਪੈਸੇ ਇੰਨੇ ਵਾਸਤੇ, ਇਹ ਤੱਕੋ। ਬਿਲਕੁਲ ਜਨਾਬ ਪੈਸੇ ਪੇ ਕਰ ਛੱਡੇ, ਹੁਣ ਅਸੀਂ ਚੇਂਜ ਇੰਨੇ ਇੱਧਰ ਉੱਤੇ ਰਸੀਦ ਦਿੰਦੇ ਹਾਂ, ਠੀਕ ਹੈ ਜੀ।
ਬਿਲਕੁਲ ਜੀ, ਦੋ ਢਾਈ ਚੀਜ਼ਾਂ ਚਾਹੀਦੀਆਂ ਸਨ, ਉਹ ਅਸਾਂ ਹੀ ਨਿੰਦੀਆਂ, ਠੀਕ ਹੈ ਜੀ। ਸ਼ਾਪਿੰਗ ਕੋਲ ਨਹੀਂ ਸੀ, ਮੈਂ ਦੋ ਢਾਈ ਚੀਜ਼ਾਂ ਸਨ, ਦੋ ਚਾਰ ਯਾਨੀ ਕਿ ਬਿਲਕੁਲ ਜੀ। ਬਾਬੀ ਕਿਊ ਵਾਸਤੇ ਜਨਾਬ ਹੈ, ਆ ਗਿਆ ਇੱਧਰ ਤੱਕੋ ਨਾ, ਜ਼ਬਰਦਸਤ ਜਨਾਬ ਹੈ ਜੀ। ਅਤੇ ਇਹ ਖੋਲੋ ਜਨਾਬ, ਇੱਥੋਂ ਬਾਬੀ ਕਿਊ ਸ਼ੀ ਬਣਾਓ, ਇਸਨੇ ਵਿੱਚ ਅੱਗ ਸ਼ੱਗ ਲਾਓ, ਇੱਥੇ ਕੋਲੇ ਛੋਲੇ ਰੱਖੋ, ਉੱਪਰ ਜਨਾਬ ਰੱਖੋ ਆਪਣਾ ਚਿਕਨ ਰੋਸਟ ਬਣਾਓ ਜਨਾਬ, ਬਿਹਤਰੀਨ। ਪਲੇਟਾਂ ਸ਼ਲੇਟਾਂ ਇੱਥੇ ਉੱਪਰ ਰੱਖੋ ਨਾਲ, ਇੱਥੋਂ ਬਾਹਰ ਕਾ ਪਲੇਟਾਂ ਸਰਵ ਕਰੋ। ਹੈ ਕਿਤਨੇ ਨਾਲ ਕੈਮਰਾਮੈਨ ਜੀ, ਪ੍ਰਾਈਸ ਕਿਆ ਸੀ ਜੀ? 139 ਇਹ ਲਿਖਿਆ ਜੀ, 139 ਹੈ ਜੀ, ਇਤਨਾ ਬੜਾ ਹੈ ਬਿਲਕੁਲ। ਇੱਧਰ ਸਾਈਡ ਉੱਪਰ ਵੀ ਜਗ੍ਹਾ ਇਸ ਨਹੀਂ ਬਣੀ, ਇੱਥੇ ਜਗ ਸ਼ਗ ਰੱਖੋ। ਇਹਦੇ ਜਨਾਬ ਇਹ ਦੇਖ ਚਮਚਾ ਵਗੈਰਾ, ਚਿਮਟੇ ਸ਼ਿਮਟੇ ਸਾਰਾ ਕੁਝ ਇੱਥੇ, ਇਹ ਚਿਮਟਾ ਵੀ ਨਾਲ ਹੈ ਇਸਨੇ, ਠੀਕ ਹੈ ਜੀ। ਕਿਆ ਬਾਤ ਹੈ ਜੀ, ਬਿਹਤਰੀਨ ਜੀ। ਤੁਸੀਂ ਬਾਬੀ ਕਿਊ ਗਾਰਡਨ ਸ਼ਾਰਡਨ ਵੱਲ ਨਾ ਇਸ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਬਿਲਕੁਲ ਇੱਥੇ ਆਓ ਜਨਾਬ, ਰੀਜ਼ਨੇਬਲ ਪ੍ਰਾਈਸ ਵਿੱਚ ਹੈ, 139 £140 ਨੇ, ਸ਼ੌਕ ਨਾਲ ਕੋਈ ਮੁੱਲ ਨਹੀਂ ਹੋਣਾ। ਕਿਆ ਖਿਆਲ ਕੈਮਰਾਮੈਨ ਜੀ, ਸਿਰ ਲੈਣੇ ਹੁਣ ਤੁਸੀਂ? ਚਲੋ ਬਿਲਕੁਲ ਜਨਾਬ, ਅਸੀਂ ਇਹ ਤੁਹਾਨੂੰ ਇੱਕ ਹਸਤੀ ਨਾਲ ਮਿਲਾ ਰਹੇ ਹਾਂ, ਇਹ ਤੁਹਾਨੂੰ ਹੁਣ ਜਨਾਬ ਗੱਲ ਕਰਾ ਦੇਣੇ ਆ, ਨਿਰਮਲ ਸਿੰਘ। ਮਾਸ਼ਾਅੱਲਾ ਜੀ, ਨਿਰਮਲ ਸਿੰਘ ਸਾਹਿਬ ਕੀ ਹਾਲ ਹੈ? ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ? ਠੀਕ ਹੋ? ਠੀਕ ਠਾਕ ਜਨਾਬ, ਤੁਸੀਂ ਸੁਣਾਓ? ਖੈਰੀਅਤ ਹੈ? ਮੈਂ ਨਾ ਜੀ, ਕਿਆ ਬਾਤ ਹੈ, ਤੁਸੀਂ ਈਦ ਕੈਸੀ ਗੁਜ਼ਰੀ? ਈਦ ਮਾਸ਼ਾਅੱਲਾ ਬਹੁਤ ਅੱਛੀ ਗੁਜ਼ਰੀ ਜਨਾਬ। ਕਿਆ ਬਾਤ, ਮੈਂ ਨਾ ਜੀ ਈਦ ਦੇ ਉੱਤੇ ਬਹਿਜਾ ਹੋ ਗਈ, ਸਾਰੀਆਂ ਫੈਮਲੀਆਂ ਇਕੱਠੀਆਂ ਹੋਈਆਂ ਜਨਾਬ, ਮੁਰਗੇ ਚੱਲੇ ਉੱਥੇ ਜਨਾਬ, ਰੋਸ ਚੱਲੇ, ਅੱਛਾ, ਬਰਿਆਨੀਆਂ ਚੱਲੀਆਂ ਜਨਾਬ, ਮੁਰਗੇ ਚੱਲੀ ਗਏ। ਮੈਂ ਨਾ, ਕਿਆ ਬਾਤ ਹੈ ਜੀ, ਉਹ ਤੁਸੀਂ ਸੁਣਾਓ? ਆਪਣੇ ਇਹ ਜੇ ਤਿਉਹਾਰ ਆਏ, ਆਪਣੇ ਤਿਉਹਾਰ ਹੈ ਬਿਲਕੁਲ, ਉਸ ਚਾਹੇ ਤੁਹਾਡੀ ਦੀਵਾਲੀ ਵੀ ਹੈਗੀ ਆ, ਤੁਹਾਡਾ ਜਨਾਬ ਸ਼ੋਅ ਬਹੁਤ ਅੱਛਾ ਹੁੰਦਾ, ਅਸੀਂ ਇੰਜੋਏ ਕਰਦੇ ਤੁਹਾਡੀਆਂ ਪੰਜਾਬੀ ਦੀਆਂ ਗੱਲਾਂ ਬਾਤਾਂ। ਪੰਜਾਬੀ ਬੋਲੀ ਇੱਕ ਆਪਣੀ ਆਪਣੀ ਜ਼ਬਾਨ, ਉਹਦਾ ਆਪਣਾ ਹੀ ਮਜ਼ਾ ਹੈ ਨਾ, ਉਹਦਾ ਆਪਣਾ ਹੀ ਮਜ਼ਾ ਹੈ ਬਿਲਕੁਲ ਜਨਾਬ। ਨਿਰਮਲ ਸਿੰਘ ਸਾਹਿਬ ਦਾ ਕਹਿਣਾ ਹੈ ਕਿ ਪੰਜਾਬੀ ਦਾ ਆਪਣਾ ਹੀ ਮਜ਼ਾ ਹੈ, ਇਹਨਾਂ ਦਾ ਜਨਾਬ ਦੇਸੀ ਪ੍ਰੋਗਰਾਮ ਹੁੰਦਾ ਰੇਡੀਓ ਸੰਗਮ ਉੱਪਰ, ਕੀ ਕਹਿੰਦੇ ਉਹਨੂੰ, ਤੁਹਾਡੇ ਪ੍ਰੋਗਰਾਮ ਦਾ ਨਾਂ ਕੀ ਹੈ? ਆਪਣਾ ਪੰਜਾਬ। ਆਪਣਾ ਪੰਜਾਬ, ਆਪਣਾ ਪੰਜਾਬ ਹੋਵੇ ਤਾਂ ਅੱਗੇ ਤੁਸੀਂ ਲਾਉਂਦੇ ਹੁੰਦੇ ਜਿਲ੍ਹਾ ਰੇਡੀਓ? ਨਹੀਂ ਨਹੀਂ, ਉਹ ਨਹੀਂ ਕੰਮ ਕਰਦਾ। ਅੱਛਾ, ਸਹੀ ਹੈ, ਮਾਣ ਦਾ ਮੰਜਾ ਹੋਵੇ, ਉੱਥੇ ਮੰਜਾ ਨਹੀਂ ਨਾ ਮਿਲਦਾ ਹੁਣ, ਬਿਲਕੁਲ। ਚਲੋ ਜੀ, ਭਾਈ ਨਿਰਮਲ ਸਿੰਘ ਨਾਲ ਤੁਹਾਡੀ ਗੱਪਸ਼ਪ ਕਰਾ ਦਿੱਤੀ ਜਨਾਬ, ਇਹਨਾਂ ਦਾ ਰੇਡੀਓ ਸੰਗਮ 'ਤੇ ਪ੍ਰੋਗਰਾਮ ਹੁੰਦਾ ਜਨਾਬ, ਜ਼ਰੂਰ ਇਹਨਾਂ ਦਾ ਪ੍ਰੋਗਰਾਮ ਸੁਣਿਆ ਕਰੋ, ਬਹੁਤ ਹੀ ਅੱਛਾ ਪ੍ਰੋਗਰਾਮ ਹੁੰਦਾ ਇਹਨਾਂ ਦਾ, ਸਾਡੇ ਵੇਖਣ ਵਾਲੇ ਨੂੰ ਕੁਛ ਕਹਿ ਦਿਓ ਜ਼ਰਾ ਤੁਸੀਂ ਸਾਰਿਆਂ ਨੂੰ। ਪਹਿਲੀ ਤਾਂ ਗੱਲ ਆ, ਦੁਬਾਰਾ ਮੈਂ ਲੇਟ ਹੀ ਕਹਿ ਰਿਹਾ, ਈਦ ਦੀਆਂ ਬਹੁਤ ਬਹੁਤ ਮੁਬਾਰਕਾਂ। ਮੁਬਾਰਕਾਂ, ਖੈਰ ਮੁਬਾਰਕਾਂ, ਮੈਂ ਰੇਡੀਓ 'ਤੇ ਤਾਂ ਸਾਰਿਆਂ ਨੂੰ ਕਹਿ ਦਿੱਤਾ, ਈਦ ਵਾਲੇ ਦਿਨ ਹੀ ਮੁਬਾਰਕਾਂ ਦਿੱਤੀਆਂ ਸੀ, ਲੇਕਿਨ ਹੁਣ ਸਪੈਸ਼ਲ ਹੈ, ਸਪੈਸ਼ਲ ਮੁਬਾਰਕ ਜਨਾਬ, ਜਿਹਨੂੰ ਕਹਿੰਦੇ ਸੁਆਇਆ ਹੋ ਗਿਆ। ਹਾਂ ਬਿਲਕੁਲ ਬਿਲਕੁਲ ਜੀ, ਨਿਰਮਲ ਸਿੰਘ ਸਾਹਿਬ ਦੀ ਤਰਫੋਂ ਜਨਾਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਈਦ ਦੀਆਂ, ਠੀਕ ਹੈ ਜਨਾਬ? ਈਦ ਦੀਆਂ ਸਾਰਿਆਂ ਨੂੰ ਮੁਬਾਰਕਾਂ। ਹਾਂਜੀ, ਤੇ ਮੈਂ ਦੁਆ ਵੀ ਕਰਾਂਗਾ, ਹਾਂਜੀ, ਤੇ ਕਰਦਾ ਵੀ ਹੈ, ਹਾਂਜੀ, ਕਿ ਸਾਰੇ ਭੈਣ ਭਰਾ ਖੁਸ਼ ਬਾਸ਼ ਰਹਿਣ, ਬਿਲਕੁਲ, ਆਪਣੀਆਂ ਆਪਣੀਆਂ ਫੈਮਿਲੀਆਂ 'ਚ, ਆਪਣੇ ਆਪਣੇ ਬੱਚਿਆਂ 'ਚ, ਹਾਂਜੀ, ਹੈ ਖੁਸ਼ ਬਾਸ਼ ਰਹਿਣ, ਬਿਲਕੁਲ ਸਹੀ ਹੈ, ਜਿਉਂਦੇ ਵਸਦੇ ਰਹਿਣ, ਬਿਲਕੁਲ ਸਹੀ ਹੈ, ਰੱਬ ਇਹਨਾਂ ਨੂੰ ਤੰਦਰੁਸਤੀ ਰੱਖੇ, ਆਮੀਨ ਆਮੀਨ, ਅਸੀਂ ਆਪਣੇ ਜਿਹੜੀਆਂ ਮੁਸ਼ਕਲਾਂ, ਹਾਂਜੀ, ਉਹਨਾਂ ਨੂੰ ਹੱਲ ਕਰਦੇ ਅੱਗੇ ਚਲੇ ਜਾਈਏ, ਚਲੇ ਜਾਈਏ। ਲਓ ਜੀ, ਨਿਰਮਲ ਸਿੰਘ ਸਾਹਿਬ ਨੇ ਬਹੁਤ ਹੀ ਅੱਛਾ ਪੈਗਾਮ ਦਿੱਤਾ ਸਾਰਿਆਂ ਨੂੰ, ਬਹੁਤ ਅੱਛੀ ਦੁਆ ਵੀ ਦਿੱਤੀ ਜਨਾਬ, ਹੁਣ ਅਸੀਂ ਇਹਨਾਂ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜਨਾਬ, ਚੱਲਦੇ ਹਾਂ ਅੱਗੇ, ਸਾਡਾ ਨਮਾਜ਼ ਦਾ ਵੀ ਟਾਈਮ ਹੈ ਹੁਣ, ਸਾਨੂੰ ਇਜਾਜ਼ਤ ਦਿਓ ਹੁਣ ਜਨਾਬ ਜੀ, ਬਹੁਤ ਸ਼ੁਕਰੀਆ, ਸ਼ੁਕਰੀਆ, ਮਿਹਰਬਾਨੀ, ਫਿਰ ਮੁਲਾਕਾਤ ਹੋਏਗੀ ਇਨਸ਼ਾਅੱਲਾ ਜ਼ਰੂਰ। ਜੀ ਬਿਲਕੁਲ ਭੈਣ ਭਰਾ, ਉਮੀਦ ਕਰਨਾ ਸਾਰੇ ਠੀਕ ਹੋ ਸੋ, ਬਿਲਕੁਲ ਜਨਾਬ, ਆ ਗਏ ਵਾਪਸ ਸਰਜਾ ਚੋਣ ਜੀ। ਇਹ ਜਿਹੜੀ ਅਸੀਂ ਵੀਡੀਓ ਬਣਾਈ, ਉਮੀਦ ਕਰਨਾ ਵੀ ਸਾਰਿਆਂ ਪਸੰਦ ਕੀਤੀ ਹੋ ਸੀ, ਬਿਲਕੁਲ। ਅਸੀਂ ਜਿਹੜਾ ਅਜਡਾ ਵਿੱਚ ਗਏ ਹਾਂ ਨਾ ਜੀ, ਕੋਸ਼ਿਸ਼ ਤਾਂ ਕਰੀ ਨਵੇਂ ਪੜ੍ਹ ਕੇ ਚੀਜ਼ ਚਾਹੀਏ, ਲੇਕਿਨ ਅਸੀਂ ਜਿਵੇਂ ਰੈੱਡ ਮੂਲੀਆਂ ਮੈਂ ਆਉਣਾ ਸਾਂ ਚਾਹੀਆਂ,
ਉਹਨਾਂ ਪਰ ਸਪੈਸ਼ਲ, ਯਾਨੀ ਕਿ ਉਸਨੇ ਉਹਨਾਂ ਪਰ ਸਪੈਸ਼ਲ ਆਉਣਾ ਪਿਆ। ਸਾਹਮਣੇ ਲਿਖਿਆ ਸੀ ਇਸਰਾਇਲੀ ਪ੍ਰੋਡਕਟ ਹੈ, ਮੈਂ ਨਹੀਂ ਚਾਹੀ ਕਿਉਂਕਿ ਅਸੀਂ ਬਾਈਕਾਟ ਕੀਤੇ ਹੈ, ਮੈਂ ਵਾਪਸ ਰੱਖਾਂ ਵਾ ਉੱਥੇ ਮੂਲੀ। ਠੀਕ ਹੈ ਜੀ, ਬਿਲਕੁਲ ਤੁਸੀਂ ਜਨਾਬ ਕੋਸ਼ਿਸ਼ ਕਰਿਆ ਕਰੋ ਇਹ ਚੀਜ਼ ਤੱਕ ਹੈ ਨਾ, ਅਗਰ ਇਹ ਜੀ ਪ੍ਰੋਡਕਟ ਹੋਇਆ ਬਾਈਕਾਟ ਵਾਪਸ ਰੱਖ ਛੋੜੋ। ਠੀਕ ਹੈ ਜਨਾਬ, ਉਮੀਦ ਹੈ ਤੁਸੀਂ ਵੀਡੀਓ ਪਸੰਦ ਕੀਤੀ ਹੋਸੀ। ਬਿਲਕੁਲ ਜਨਾਬ, ਲਾਇਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲੇ। ਹੁਣ ਕੈਮਰਾਮੈਨ ਜੀ ਨੂੰ ਇਜਾਜ਼ਤ ਦਿਓ, ਫਿਰ ਮਾਰਿਆ।